ਕੀ ਹਾਲ ਚਾਲ। ਉਮੀਦ ਕਰਦਾ ਕਿ ਸਾਰੇ ਜਣੇ ਤੁਸੀਂ ਘੈਂਟ ਹੋਗੇ, ਤੇ ਮੈਂ ਤੁਹਾਡਾ ਆਪਣਾ ਧਾਲੀਵਾਲ, ਤੇ ਤੁਸੀਂ ਦੇਖ ਰਹੇ ਹੋ ਧਾਲੀਵਾਲ ਗੇਮਿੰਗ। ਤੇ ਬਾਈ ਅੱਜ ਲੈ ਕੇ ਆ ਗਏ ਆਪਾਂ FS19 ਦੀ ਵੀਡੀਓ, ਜਿਹਦੇ ਵਿੱਚ ਅੱਜ ਤੁਹਾਨੂੰ ਆਪਾਂ ਲਿੰਕ ਦੇਵਾਂਗੇ ਇੱਕ ਟਰੈਕਟਰ ਦਾ ਲਿੰਕ ਦਾ ਪਾਸਵਰਡ ਹੋਊਗਾ ਆਈ ਬਟਨ ਦੇ ਵਿੱਚ। ਜੇ ਆਈ ਬਟਨ ਦਾ ਬਾਰੇ ਫਿਰ ਵੀ ਨਾ ਪਤਾ ਲੱਗਿਆ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਵੀਡੀਓ ਹੋਊਗੀ, ਤਾਂ ਉਹ ਦੇਖ ਲਿਓ, ਤੁਹਾਨੂੰ ਪਤਾ ਲੱਗ। ਚਲੋ ਚੱਲਦੇ ਹਾਂ ਗੇਮ ਦੇ ਵਿੱਚ। ਤੇ ਲਓ ਵੀ ਮੁੰਡਿਓ, ਟਰੈਕਟਰ ਤੁਸੀਂ ਦੇਖ ਹੀ ਲੈਣਾ, ਕਹਿੰਦੇ 3630 ਸਿੱਧੂ ਮੂਸੇਵਾਲੇ ਦਾ FS19 ਲਓ ਜੀ। ਸਿੱਧੂ ਮੂਸੇਵਾਲੇ ਦਾ ਬਾਈ ਟਰੈਕਟਰ FS19 ਦੇ ਵਿੱਚ, ਠੀਕ ਹੈ। ਇਹਦੇ ਵਿੱਚ ਨਾ ਥੋੜ੍ਹੀਆਂ ਜਿਹੀਆਂ ਤੁਸੀਂ ਕਹੋਗੇ ਵੀ ਟਾਇਰਾਂ ਟੂਰਾਂ ਦਾ ਬੜਾ ਚੱਕਰ ਪੈ ਰਿਹਾ ਯਾਰ, ਲੱਭ ਨਹੀਂ ਰਿਹਾ ਵਧੀਆ ਤਰੀਕੇ ਵਾਲਾ ਚੀਜ਼ ਨਾ, ਅਤੇ ਹਲ ਵੀ ਆਪਾਂ ਇਹਦੇ ਵਧੀਆ ਲੈ ਕੇ ਆਵਾਂਗੇ, ਬਟ ਅੱਜ ਇਹਨਾਂ ਨੇ ਡੰਗਾ ਲਾਹਾਂਗੇ। ਵੀਡੀਓ ਬਾਹਲੀ ਵੱਡੀ ਨਹੀਂ ਹੋਣੀ, ਸਾਰੀ ਵੀਡੀਓ ਦੇਖ ਲਿਓ ਅਤੇ ਲਓ। ਅਤੇ ਆਵਾਜ਼ ਥੋੜ੍ਹੀ ਚੇਂਜ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਯਾਰ ਮੈਂ ਪ੍ਰੋਪਰ ਦੇਖਦਾ ਨਹੀਂ ਨਾ, ਮਤਲਬ ਖੇਡਦਾ ਨਹੀਂ ਹੈ ਨਾ, ਬਟ ਇੱਥੋਂ ਸਿਰਫ ਤੁਹਾਡੇ ਕਰਕੇ ਮੈਂ ਗੇਮ ਖੇਡਦਾ ਹੈ, ਓਨਲੀ ਫੋਰ ਯੂ ਬ੍ਰਦਰਸ, ਠੀਕ ਹੈ। ਕਿਉਂਕਿ ਫਿਰ ਇਹ ਤੁਹਾਨੂੰ ਲਿੰਕ ਦੇਣੇ ਹੁੰਦੇ ਯਾਰ, ਅਤੇ ਜੇ ਇਹਦੀ ਆਵਾਜ਼ ਵਧੀਆ ਲੱਗੀ ਤਾਂ ਮੈਨੂੰ ਦੱਸ ਦਿਓ, ਕਿਉਂਕਿ ਬਾਕੀ ਤਾਂ ਮੈਨੂੰ ਪਤਾ ਤੁਸੀਂ ਆਪ ਵੀ ਚੇਂਜ ਕਰ ਕੁਰ ਲੈਂਦੇ ਸਾਰਾ ਕੁਛ ਹੈ ਨਾ। ਅਤੇ ਲਓ ਵੀ ਇੱਥੇ ਵੀ ਬਾਈ ਆਪਾਂ ਅੱਜ ਕੱਦੂ ਕਰਨਾ ਕਹਿੰਦੇ, ਅਤੇ ਦੇਖੀਏ ਫਿਰ, ਕਹਿੰਦੇ ਲਾਉਂਦਾ ਜ਼ੋਰ ਕਿ ਨਹੀਂ, ਦੱਸੋ ਬਾਈ ਫਿਰ ਬਣਦੀ ਹੈ ਗੱਲ ਕਿ ਨਹੀਂ, ਅਤੇ ਕਿੱਦਾਂ ਲੱਗਦਾ ਤੁਹਾਨੂੰ ਟਰੈਕਟਰ ਦੇਖਣ 'ਚ। ਵੈਸੇ ਮੈਨੂੰ ਇਹ ਵਧੀਆ ਸੋਹਣਾ ਲੱਗਿਆ, ਸਿਰਫ ਇਹਦੇ ਮਾੜੇ ਮੋਟੇ ਟਾਇਰਾਂ ਟੂਰਾਂ ਦਾ ਤੁਸੀਂ ਦੇਖ ਲਿਓ ਜੇ ਕੁਛ ਕਰਨਾ ਹੋਇਆ। ਅਤੇ 3630 ਆਵਾਜ਼ ਚੈੱਕ ਕਰੋ ਬਾਈ ਤੁਸੀਂ, ਪੂਰੇ ਕਹਿੰਦੇ ਗੂੰਜਦਾ ਤੁਰਿਆ ਆਉਂਦਾ, ਠੀਕ ਹੈ। ਡੈੱਕ ਆਪਣੇ ਵੱਲੋਂ ਆਪਾਂ ਕੋਈ ਕਸਰ ਨਹੀਂ ਛੱਡੀ, ਬਾਕੀ ਤੁਹਾਡੇ ਸਾਹਮਣੇ ਸਾਰਾ ਕੁਛ। ਅਤੇ ਸਪੀਡ ਵੀ ਆਪਦੇ ਹਲਾਂ ਦੇ ਤੁਸੀਂ ਚੈੱਕ ਕਰ ਸਕਦੇ ਹੋ, ਪੂਰਾ ਐਂ ਘੈਂਟ ਭੱਜਿਆ ਤੁਰਿਆ ਜਾਂਦਾ ਬਾਈ। ਅਤੇ ਹੋਰ ਦੱਸੋ ਮੇਰੀ ਵੀਡੀਓ, ਤੁਹਾਨੂੰ ਕੀ ਚਾਹੀਦਾ ਹੈ ਨਾ, ਬੱਲੇ 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 ਬੱਲੇ। ਬਾਕੀ ਹਰ ਇੱਕ ਚੀਜ਼ ਤੁਹਾਨੂੰ ਦਿਖਾਵਾਂਗੇ, ਰੋਟਾਵੀਟਰ 'ਤੇ ਚਲਾ ਕੇ ਵੀ ਆਪਾਂ ਨੂੰ ਦਿਖਾਵਾਂਗੇ, ਉਹ 'ਤੇ ਆਪਾਂ ਹੈਲਪਰ ਨਹੀਂ ਲਾਉਂਦੇ, ਕਿਉਂਕਿ ਹੈਲਪਰ ਜਦੋਂ ਲਾਉਂਦੇ ਹਾਂ ਨਾ ਬਾਈ ਉਦੋਂ ਕੋਈ ਨਾ ਕੋਈ ਚੱਕਰ ਪੈਂਦਾ ਹੈਲਪਰ ਵਾਲਾ ਰੋਟਾਵੀਟਰ 'ਤੇ, ਅਤੇ ਇਸ ਲਈ ਆਪਾਂ ਬਾਹਲਾ ਜ਼ਿਆਦਾ ਉਹ ਨਹੀਂ ਕਰਦੇ। ਆਹ ਤੁਹਾਡੇ ਸਾਹਮਣੇ ਚੈੱਕ ਕਰੋ ਤੁਸੀਂ, ਆਪਾਂ ਇਹਦੇ ਇੱਥੇ ਹੈਲਪਰ ਲਾ ਦਿੰਦੇ ਹਾਂ, ਕਿਉਂਕਿ ਇਹ ਤਾਂ ਆਪਾਂ ਹੈਲਪਰ ਨਹੀਂ ਲਾਉਂਦੇ, ਕਿਉਂਕਿ ਜਦੋਂ ਵੀ ਆਪਾਂ ਇਹਦੇ ਹੈਲਪਰ ਲਾਉਂਦੇ ਹਾਂ, ਬਾਕੀ ਤੁਸੀਂ ਮੈਨੂੰ ਦੱਸੋ ਵੀ ਤੁਹਾਨੂੰ ਵੀ ਪ੍ਰੋਬਲਮ ਆਉਂਦੀ, ਬਟ ਮੈਨੂੰ ਤਾਂ ਆਉਂਦੀ ਬਾਈ ਇਹਦੀ ਪ੍ਰੋਬਲਮ ਹੈ ਨਾ, ਅਤੇ ਜਦੋਂ ਵੀ ਆਪਾਂ ਇਹਦੇ ਹੈਲਪਰ ਲਾਉਂਦੇ ਹਾਂ ਨਾ ਤਾਂ ਇਹ ਪ੍ਰੋਬਲਮ ਕ੍ਰੀਏਟ ਕਰਦਾ ਹੀ ਕਰਦਾ। ਚਲੋ ਪਹਿਲਾਂ ਆਪਾਂ ਜਾਂਦੇ ਹਾਂ ਸਿੱਧਾ ਖੇਤ ਦੇ ਵਿੱਚ, ਕਹਿੰਦੇ ਵੀ ਉੱਥੇ ਆਪਣਾ ਚੱਲੀ ਜਾਂਦਾ ਕਿਹੜਾ ਟਰੈਕਟਰ, ਨਿਊ ਹੋਲੈਂਡ 3600 ਜਿਹਦਾ ਤੁਹਾਨੂੰ ਅੱਜ ਆਪਾਂ ਲਿੰਕ ਦੇਣਾ। ਉਹ ਬੱਲੇ 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 ਜ਼ੋਰ ਲਵਾਈ ਜਾਂਦੀ ਬੀਬੀ ਦਾ, ਹੈ ਵਾਹ। ਇਹਨੂੰ ਲਾ ਦਈਏ ਬਾਈ ਇੱਥੇ, ਦੇਖੀਏ ਕਿ ਨਾ ਇਹ ਕਰ ਕੀ ਰਹੇ ਨੇ। ਕਹਿੰਦੇ ਹੁਣ ਟਰੈਕਟਰ ਹਾਲੀ ਨਹੀਂ ਖਿੱਚਦਾ, ਲੈ ਗੱਲ ਤਾਂ ਸਹੀ ਹੈ, ਨਹੀਂ ਖਿੱਚਦਾ ਇੱਥੇ। ਚੱਲ ਕੋਈ ਨਾ, ਇਹਦੀ ਮਾੜੀ ਮੋਟੀ ਕਰ ਦਿਆਂਗੇ ਤਸੱਲੀ ਬਖਸ਼ ਚੀਜ਼। ਵੈਸੇ ਮਾੜਾ ਮੋਟਾ ਜ਼ੋਰ ਤਾਂ ਲਾਉਣਾ ਚਾਹੀਦਾ ਯਾਰ ਟਰੈਕਟਰ ਨੂੰ, ਬਈ ਹਾਲੀ ਵਾਲੇ ਤਕੜੇ ਯਾਰ ਟਰੈਕਟਰ ਕਰੇ ਵੀ ਕੀ, ਠੀਕ ਹੈ। ਹੁਣ ਇੱਕ ਮੈਂ ਭੁੱਲ ਜਾਂਦਾ ਵੀ ਇਹ ਫਾਰਮਿੰਗ 19 ਆ, 22 ਨਹੀਂ ਹੈਗੀ, ਠੀਕ ਹੈ। ਇਹਦੇ ਥੋੜ੍ਹੇ ਜਿਹੇ ਕੰਟਰੋਲ ਅਲੱਗ ਤਰੀਕੇ ਦੇ ਆ। ਚੱਲ 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 ਜਾਣਦੇ 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 ਬੈਕ ਬੱਲੇ 'ਚ। ਲਓ ਮੁੰਡੇ ਹੁਣ ਤੋਰਾਂਗੇ ਇਹਨੂੰ ਆਪਾਂ,
ਸਲਿੱਪ ਹੀ ਬੜੇ ਕੱਢੀ ਜਾਂਦਾ। ਇੱਕ ਯਾਰ ਪਤਾ ਨਹੀਂ ਕਿ ਗੇਮ ਦੇ ਵਿੱਚ ਹੀ ਕੋਈ ਚੀਜ਼ ਆ ਜਾਂ ਕਿੱਦਾਂ, ਜਦੋਂ ਨਾ ਆਪਾਂ ਜਿਵੇਂ ਰੋਟਾਵੇਟਰ ਪਾਉਂਦੇ ਹਾਂ ਜਾਂ ਕੁਛ ਹੋਰ ਪਾਉਂਦੇ ਹਾਂ ਨਾ, ਉਦੋਂ ਇਹ ਕੀ ਕਹਿੰਦੇ ਹੁੰਦੇ ਨੇ ਮੂਹਰਲੇ ਟਾਇਰ ਚੱਲਣ ਲੱਗ ਜਾਂਦੇ। ਮੈਂ ਸੁਪਰ ਸੀਡਰ ਦਾ ਵੀ ਕਰਕੇ ਦੇਖਿਆ ਜੁਗਾੜ, ਜਾਂ ਉਦੋਂ ਵੀ ਇਹੀ ਕੁਛ ਹੁੰਦਾ। ਲਓ ਵੀ ਮੁੰਡਿਓ ਬਾਈ, ਰੋਟਾਵੇਟਰ ਤਾਂ ਵਧੀਆ ਚੱਲਦਾ, ਮਾੜਾ ਮੋਟਾ ਇਹਦੇ ਟਾਇਰਾਂ ਦੀ ਸੈਟਿੰਗ ਆਪਾਂ ਤੁਹਾਨੂੰ ਇਹਦਾ ਮੋੜ ਦੇਣ ਤੋਂ ਪਹਿਲਾਂ ਇਹਦੀ ਕੀਤੀ ਹੋਊਗੀ, ਤੁਸੀਂ ਇਹ ਨਾ ਸੋਚੋ ਵੀ ਇੱਦਾਂ ਹੀ ਆਊਗਾ, ਠੀਕ ਹੈ। ਅਤੇ ਮੈਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹੁੰਦਾ ਵੀ ਤੁਹਾਨੂੰ ਚੀਜ਼ ਵਧੀਆ ਲੱਭੇ, ਬਟ ਕੋਈ ਨਾ ਕੋਈ ਨਿੱਕੀ ਮੋਟੀ ਪ੍ਰੋਬਲਮ ਆਉਂਦੀ ਆ, ਤਾਂ ਉਹ ਹੁਣ ਰੋਟਾਵੇਟਰ ਦੇ ਵੀ ਥੋੜ੍ਹਾ ਮੋਟਾ ਹੋ ਜਾਂਦਾ, ਹੈਵੀ ਹੈ ਯਾਰ, ਹੁਣ ਆਪਾਂ ਕਿਹੜਾ ਤੇਜ਼ ਤੋਰਨਾ ਹੈ ਨਾ, ਹੁਣ ਖੋਭੀ ਨਾ ਜਾਵੇ ਪਤੰਦਰ। ਅਤੇ ਬਾਕੀ ਇਹਨੂੰ ਆਪਾਂ ਥੋੜ੍ਹੀ ਮੋਟੀ ਦੀ ਸੈਟਿੰਗ ਹੋਰ ਕਰ ਦਿਆਂਗੇ ਜਦੋਂ ਆਪਾਂ ਇਹਦਾ ਲਿੰਕ ਤੁਹਾਨੂੰ ਦੇਵਾਂਗੇ, ਟਾਇਰ ਟੂਰ ਦੇ ਵਧੀਆ ਪੂਰੀ ਪਕੜ ਕਰਨਗੇ। ਅਤੇ ਆਹ ਟਰੈਕਟਰ ਬਾਈ ਤੁਹਾਡਾ, ਅਤੇ ਇਹ ਤੁਹਾਨੂੰ ਇਹਦਾ ਲਿੰਕ ਦੇ ਦੇਣਾ, ਤੁਸੀਂ ਹੁਣ ਦੇਖਣਾ ਠੀਕ ਹੈ। ਅੱਗੇ ਮੈਨੂੰ ਪਤਾ ਹੈ ਵੀ ਐਡੀਟਿੰਗ ਵਗੈਰਾ ਤੁਸੀਂ ਕਰ ਲੈਣੇ, ਉਹ ਤਾਂ ਅੱਜ ਕੱਲ੍ਹ ਵਾਧੂ ਕਰਦੇ, ਮੋਟਰ ਤਾਂ ਅੱਜ ਕਹਿੰਦੇ ਅੱਜ ਕੱਲ੍ਹ, ਪਹਿਲਾਂ ਤਾਂ ਕਹਿੰਦੇ ਸੀ ਇੱਕ ਅੱਧਾ ਹੁੰਦਾ ਸੀ ਜੇਠ ਚੱਕਦੇ ਸੀ, ਠੀਕ ਹੈ, ਹੁਣ ਤਾਂ ਅੱਜ ਕੱਲ੍ਹ ਤਾਂ ਰੋੜਿਆਂ 'ਤੇ ਵੀ ਚੜ੍ਹੇ ਪਏ ਆ, ਨਾਲੇ ਮਾਡਲ ਮੂਡਲ ਹੀ ਚਾਹੀਦੇ ਹੁੰਦੇ ਕਈਆਂ ਨੂੰ ਤਾਂ, ਠੀਕ ਹੈ। ਚਲੋ ਮਿਲਦੇ ਹਾਂ ਬਾਈ ਤੁਹਾਨੂੰ ਨੈਕਸਟ ਵੀਡੀਓ 'ਚ, ਅਤੇ ਜੇ ਵਧੀਆ ਲੱਗੀ ਵੀਡੀਓ ਤਾਂ ਤੁਸੀਂ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਲਿਓ, ਅਤੇ ਟਰੈਕਟਰ ਕਰ ਲਿਓ ਡਾਊਨਲੋਡ। ਜਿਹੜੀ ਆਹ ਪ੍ਰੋਬਲਮ ਆਉਂਦੀ ਇਹ ਆ ਇਹਦੀ ਮੈਂ ਸੈਟਿੰਗ ਕਰ ਦੂੰਗਾ, ਟਾਇਰ ਇਹਦੀ ਪੂਰੀ ਪਕੜ ਕਰਨਗੇ। ਬਾਏ ਬਾਏ, ਜਿਉਂਦੇ ਬਾਤੇ ਰਹੋ, ਇੱਦਾਂ ਹੀ ਪਿਆਰ ਸਾਡੇ ਨਾਲ ਬਣਾਈ ਰੱਖੋ।